ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ। ਉਹਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਸ਼ੁਰੂ ਕੀਤੀ ਗਈ। ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਨੂੰ ਪ੍ਰੇਰਿਤ ਕੀਤਾ, ਦੂਸਰੇ ਨੇ ਤੀਸਰੇ ਨੂੰ ਪ੍ਰੇਰਿਤ ਕੀਤਾ। ਇਹ ਲਹਿਰ ਘਰ ਘਰ ਤੱਕ ਪਹੁੰਚਦੀ ਗਈ। ਕੁਝ ਸੰਸਥਾਵਾਂ ਨੇ ਸਕੂਲ, ਕਾਲਜ, ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ। ਸਟੂਡੈਂਟਸ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕੀਤਾ ਸ਼ੁਕਰਵਾਘਰੁਦਾ ਹੁਣ ਤਾਂ ਬੱਚੇ ਵੀ ਪੁੱਛਣ ਲੱਗੇ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ ਹੁਣ ਤਾਂ ਬੱਚਿਆਂ ਦੇ ਟੋਤਲੀ ਆਵਾਜ਼ ਵਿੱਚੋਂ ਨਿਕਲੇ ਹੋਏ ਇਹ ਸਵਾਲ ਸਾਨੂੰ ਹਲੂਨ ਦਿੰਦੇ ਹਨ ਮਿੱਠਾ ਜਿਹਾ ਹਲੂਣਾ ਦਿੰਦੇ ਨੇ ਜਿਹੜੇ ਇਦਾਂ ਸੋਚਦੇ ਸੀ ਚੱਲ ਕਰਾਂਗੇ ਸ਼ੁਰੂ ਕਰਾਂਗੇ ਕੱਲ ਨੂੰ ਕਰਾਂਗੇ ਇਸ ਵੀਕਐਂਡ ਤੇ ਕਰਾਂਗੇ ਟਾਈਮ ਨਹੀਂ ਹੈ ਬੱਚਿਆਂ ਦੇ ਸਵਾਲਾਂ ਨੇ ਉਨਾ ਨੂੰ ਹਲੂਨ ਕੇ ਰੱਖ ਦਿੱਤਾ ਆਪਾਂ ਸਾਰੇ ਗੁਰੂ ਦੀ ਕੌਮ ਦੇ ਲਈ ਆਪਾਂ ਬਾਰਨਾ ਹੈ ਕਰ ਕਰ ਦੇ ਵਿੱਚ ਗੁਰੂ ਦਾ ਸੰਦੇਸ਼ ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਕਰ ਕਰ ਵਿੱਚ ਲਿਜਾਣੀ ਹੈ ਅੱਜ ਦੇ ਬੱਚਿਆਂ ਦੇ ਅੰਦਰੋਂ ਵੀ ਇਹ ਸਵਾਲ ਉੱਠ ਰਹੇ ਨੇ ਕਿ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ ਆਓ ਖੁਦ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰੀਏ ਪਰਿਵਾਰ ਦਾ ਕੋਈ ਵੀ ਮੈਂਬਰ ਬੰਜਾ ਨਾ ਰਹਿ ਜਾਵੇ ਕੋਈ ਰਿਸ਼ਤੇਦਾਰ ਸ਼ਰੀਕੇ ਵਿੱਚੋਂ ਮਿੱਤਰਾਂ ਦੋਸਤਾਂ ਚੋਂ ਕੋਈ ਵੀ ਬੰਜਾ ਨਾ ਰਹਿ ਸਕੇ ਇਸ ਲਹਿਰ ਨੂੰ ਘਰ ਘਰ ਤੱਕ ਪਹੁੰਚਾਈਏ ਮਨਤੀਏ ਸੋਣ ਸ਼ਬਦ ਵਿਚਾਰਾ ਮਨਤੀਏ ਸੋਣ ਸ਼ਬਦ ਵਿਚਾਰਾ ਜਿਵੇਂ ਇਹ ਮਰਸੈ ਮ੍ਰਿਤ ਦਾ ਮਨਤੀਏ ਸੋਣ ਸ਼ਬਦ ਵਿਚਾਰਾ ਵਾਹ ਹਗਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 264 ਸੁਖਮਨੀ ਸਾਹਿਬ ਜੀ ਦੀ ਦੂਸਰੀ ਅਸ਼ਟਪਦੀ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਹੁਹਾ ਨਾਮ ਤੇਰਾ ਸੰਗ ਸਹਾਈ ਜ਼ਿੰਦਗੀ ਦੇ ਹਾਲਾਤ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਸੁਖ ਇੱਕ ਦੁਖ ਸੁਖਾਂ ਦੇ ਵਿੱਚ ਇੱਕ ਬਹੁਤ ਵੱਡਾ ਭੁਲੇਖਾ ਹੁੰਦਾ ਹੈ ਮਨੁੱਖ ਨੂੰ ਲੱਗਦਾ ਆ ਵੀ ਮੇਰਾ ਆ ਵੀ ਮੇਰਾ ਉਹ ਵੀ ਮੇਰਾ ਉਹ ਵੀ ਮੇਰੇ ਨਾਲ ਖੜਾ ਹੈ ਉਹ ਵੀ ਮੇਰੇ ਨਾਲ ਖੜਾ ਹੈ ਤੇ ਆ ਵੀ ਮੇਰੇ ਨਾਲ ਖੜਾ ਹੈ ਪਰ ਐਕਚੁਅਲੀ ਅਸਲੀਅਤ ਕੀ ਹੁੰਦੀ ਹੈ ਕਿ ਉਹਨਾਂ ਨੂੰ ਤੁਹਾਡੇ ਤੋਂ ਕੋਈ ਨਾ ਕੋਈ ਫਾਇਦਾ ਮਿਲ ਰਿਹਾ ਹੁੰਦਾ ਹੈ ਤੁਹਾਡੇ ਤੋਂ ਕੋਈ ਨਾ ਕੋਈ ਉਹਨਾਂ ਦਾ ਹਿੱਤ ਪੂਰਾ ਹੋ ਰਿਹਾ ਹੁੰਦਾ ਹੈ ਤੁਹਾਡੇ ਨਾਲ ਖੜੇ ਹੁੰਦੇ ਨੇ ਇਸ ਲਈ ਨਹੀਂ ਕਿ ਤੁਹਾਡੇ ਮਦਦਗਾਰ ਨੇ ਇਸ ਲਈ ਕਿ ਉਹ ਆਪਣੇ ਹਿੱਤਾਂ ਦੀ ਪੂਰਤੀ ਕਰ ਰਹੇ ਹੁੰਦੇ ਨੇ ਤੇ ਦੁੱਖਾਂ ਦੇ ਵਿੱਚ ਕਲੇਖਾ ਟੁੱਟ ਜਾਂਦਾ ਹੈ ਇਸ ਲਈ ਅਦੀ ਸਮਝ ਆ ਜਾਂਦੀ ਹੈ ਕਿਉਂਕਿ ਦੁੱਖਾਂ ਦੇ ਵਿੱਚ ਹਰ ਕੋਈ ਨਹੀਂ ਨਿਭ ਸਕਦਾ ਸਾਥ ਛੱਡ ਜਾਂਦੇ ਵਾਰੀ-ਵਾਰੀ ਦੇ ਨਾਲ ਛੱਡੀ ਜਾਂਦੇ ਕੁਝ ਹਾਲਾਤ ਐਸੇ ਕ੍ਰਿਟੀਕਲ ਹੁੰਦੇ ਨੇ ਜਿੱਥੇ ਨਾ ਮਾਤਾ-ਪਿਤਾ ਨਾ ਪੁੱਤਰ ਨਾ ਮਿੱਤਰ ਨਾ ਭਰਾ ਸਾਈ ਨਹੀਂ ਹੋ ਸਕਦੇ ਮਦਦਗਾਰ ਨਹੀਂ ਹੋ ਸਕਦੇ ਉਦਾਹਰਨ ਵਜੋਂ ਇੱਕ ਬੰਦਾ ਕਿਸੇ ਬਿਮਾਰੀ ਦੇ ਨਾਲ ਹਸਪੀਟਲ ਦੇ ਵਿੱਚ ਪੀੜਤ ਹੈ ਉਹਦੇ ਅੰਦਰ ਦਰਦ ਹੈ ਪੀੜਾ ਹੈ ਉਹਨੂੰ ਦੀ ਪੀੜਾ ਲਈ ਕੋਈ ਕੀ ਕਰ ਸਕੇਗਾ ਇਲਾਜ ਚੱਲ ਰਿਹਾ ਹੈ ਤੇ ਉਹਦੇ ਅੰਦਰ ਕੀ ਬੀਤ ਰਹੀ ਹੈ ਉਸ ਨੂੰ ਪਤਾ ਹੁੰਦਾ ਇਸੇ ਤਰ੍ਹਾਂ ਦੁੱਖਾਂ ਦੇ ਵਿੱਚ ਬਿਗਨ ਰੁਕਾਵਟਾਂ ਦੇ ਵਿੱਚ ਕ੍ਰਿਟੀਕਲ ਹਾਲਾਤਾਂ ਦੇ ਵਿੱਚ ਮੰਦੇ ਦੇ ਨਾਲ ਬੀਤ ਕੀ ਰਹੀ ਹੈ ਉਹਨੂੰ ਕੋਈ ਨਹੀਂ ਸਮਝ ਰਿਆ ਹੁੰਦਾ ਐਵੇਂ ਫੋਕੀਆਂ ਜੀਆਂ ਆਪਣੇ ਸੁਭਾਅ ਤੇ ਆਪਣੀ ਸੋਚ ਵਿੱਚੋਂ ਸਲਾਹਾਂ ਜੀਆਂ ਦੇਈ ਜਾਂਦੇ ਹੁੰਦੇ ਨੇ ਤੇ ਕਈ ਵਾਰੀ ਤਾਂ ਉਹ ਸਲਾਹਾਂ ਵੀ ਉਹ ਦਿੰਦੇ ਨੇ ਜਿਹਦੇ ਜਿਹਦੇ ਮਾਰਗ ਦਾ ਉਹਨਾਂ ਨੂੰ ਤਜਰਬਾ ਹੀ ਕੋਈ ਨਹੀਂ ਜਿੱਥੇ ਕੋਈ ਵੀ ਮਾਤਾ ਪਿਤਾ ਪੁੱਤਰ ਤੀਆਂ ਭਰਾ ਮਿੱਤਰ ਸਾਥ ਨਹੀਂ ਦਿੰਦੇ ਐਮਨਾ ਉਹ ਤੇ ਵਾਹਿਗੁਰੂ ਜੀ ਦਾ ਨਾਮ ਤੇਰੇ ਲਈ ਮਦਦਗਾਰ ਬਣਦਾ ਨਾਮ ਗਿਆਨ ਹੈ ਸੱਚਾ ਗਿਆਨ ਬਣ ਕੇ ਰੱਬ ਦੇ ਉਪਦੇਸ਼ ਨੇ ਗੁਰੂ ਦੇ ਉਪਦੇਸ਼ ਤੇ ਰੱਬ ਧਿਆਨ ਹੈ ਉਹਦਾ ਨਾਮ ਧਿਆਨ ਦਾ ਹਿੱਸਾ ਹੈ ਉਹਦੀ ਮਿੱਠੀ ਮਿੱਠੀ ਯਾਦ ਪੈ ਪਾਵਨੀ ਸ਼ੁਕਰਾਨਾ ਉਹ ਮਦਦਗਾਰ ਬਣਦਾ ਹੈ ਜਹ ਮਹਾ ਭਿਆਨ ਦੂਤ ਜਮਦਲ ਹੈ ਜ਼ਿੰਦਗੀ ਦੇ ਵਿੱਚ ਜਿਹੜੇ ਵਿਕਾਰ ਨੇ ਬੁਰੀਆਂ ਆਦਤਾਂ ਨੇ ਇਹਨਾਂ ਦਾ ਬਹੁਤ ਵੱਡਾ ਇੱਕ ਦਲ ਹੈ ਫੌਜ ਹੈ ਇਹਨਾਂ ਦੀ ਅੰਦਰ ਵਿਚਾਰ ਭਾਵਨਾ ਸੋਚਾਂ ਜਜ਼ਬੇ ਜਿਹੜੇ ਵਿਕਾਰਾਂ ਨਾਲ ਸੰਬੰਧਿਤ ਨੇ ਉਹ ਬਹੁਤ ਵੱਡੀ ਫੌਜ ਐ ਇਹਦੇ ਤੋਂ ਬਚਣ ਵਾਸਤੇ ਤਹ ਕੇਵਲ ਨਾਮ ਸੰਗ ਤੇ ਰਹਿ ਚੱਲੈ ਗੁਰੂ ਦਾ ਉਪਦੇਸ਼ ਤੇ ਵਾਹਿਗੁਰੂ ਜੀ ਦੀ ਪੈ ਭਾਵਨੀ ਸ਼ੁਕਰਾਨਾ ਇਹ ਤੇਰੇ ਨਾਲ ਨਿਭਦਾ ਹੈ ਇਹੋ ਜਿਹੇ ਹਾਲਾਤਾਂ ਵਿੱਚ ਗੁਰੂ ਦੇ ਉਪਦੇਸ਼ਾਂ ਨੇ ਸੋਜੀ ਦੇਣੀ ਵਾਹਿਗੁਰੂ ਜੀ ਦੀ ਯਾਦ ਪਹਿ ਪਾਵਨੀ ਨੇ ਤੈਨੂੰ ਅੰਦਰੋਂ ਵਿਸ਼ਵਾਸ ਦੇਣਾ ਖੋ ਵਾਹਿਗੁਰੂ ਜਾਂ ਹ ਮਸ਼ਕਲ ਹੋ ਵਾ ਅਤ ਭਾਰੀ ਜਿੱਥੇ ਬਹੁਤ ਵੱਡੀ ਮੁਸੀਬਤ ਜ਼ਿੰਦਗੀ ਦੀ ਜਦੋਂ ਜ਼ਿੰਦਗੀ ਦਾ ਤੇ ਲੱਗੀ ਹੁੰਦੀ ਹੈ ਪਰਿਵਾਰ ਦਾ ਬੱਚਿਆਂ ਦਾ ਫਿਊਚਰ ਦਾ ਤੇ ਲੱਗਿਆ ਹੁੰਦਾ ਹੈ ਉਸ ਵੇਲੇ ਹਰ ਕੋਈ ਨਹੀਂ ਨਿਭਦਾ ਖੋ ਵਾਹਿਗੁਰੂ ਜਿੰਨਾ ਤੇ ਜਿੰਨਾ ਤੇ ਉਮੀਦਾਂ ਹੁੰਦੀਆਂ ਨੇ ਉਹ ਉਮੀਦਾਂ ਤਾਂ ਟੁੱਟਦੀਆਂ ਹੀ ਨੇ ਉਹ ਕਹਿੰਦੇ ਨੇ ਪਰੇ ਹੋ ਜਾਓ ਸਾਡੀਆਂ ਅੱਖਾਂ ਤੋਂ ਪਰ ਉਥੇ ਵੀ ਅਤ ਮੁਸ਼ਕਲ ਦੇ ਵਿੱਚ ਵੀ ਹਰ ਕੋ ਨਾਮ ਇਨ ਮਾਹੇ ਉਦਹਾਰੀ ਵਾਗਰੂ ਜੀ ਦਾ ਨਾਮ ਗੁਰੂ ਦੇਵ ਦੇਸ ਤੇ ਰੱਬ ਦੀ ਪੈ ਪਾਵਨੀ ਇੱਕ ਛਿਨ ਵਿੱਚ ਅੰਦਰੋਂ ਹੌਸਲਾ ਦੇ ਕੇ ਨਮੇ ਰਾਹ ਖੋਲ ਕੇ ਕੋਸ ਮੁਸ਼ਕਲ ਤੋਂ ਉਹਦਾ ਬਚਾ ਕਰ ਦਿੰਦੀ ਆਖੋ ਵਾਹਿਗੁਰੂ ਮੁਸ਼ਕਲ ਬਾਹਰਲੇ ਜੀਵਨ ਨਾਲ ਸੰਬੰਧਿਤ ਵੀ ਹੋ ਸਕਦਾ ਹੈ ਤੇ ਮੁਸ਼ਕਲ ਅੰਦਰਲੇ ਜੀਵਨ ਨਾਲ ਸੰਬੰਧਿਤ ਵੀ ਹੋ ਸਕਦੀ ਹੈ ਮੁਸ਼ਕਲ ਦੁਨਿਆਵੀ ਜੀਵਨ ਨਾਲ ਸੰਬੰਧਿਤ ਵੀ ਹੋ ਸਕਦੀ ਹੈ ਤੇ ਮੁਸ਼ਕਲ ਆਤਮਿਕ ਜੀਵਨ ਨਾਲ ਸੰਬੰਧਿਤ ਵੀ ਹੋ ਸਕਦੀ ਹੈ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਉਹ ਤੇ ਵਾਹਿਗੁਰੂ ਜੀ ਦੇ ਨਾਮ ਨੇ ਬਚਾਉਣਾ ਅਨੇਕ ਪੁਨਹ ਚਰਨ ਕਰਤ ਨਹੀਂ ਤਰੈ ਉਨਾ ਚਿਰ ਹੁੰਦਾ ਧਰਮ ਦੇ ਕਰਮ ਬਾਕੀ ਜਿੰਨੇ ਧਰਮ ਦੇ ਕਰਮ ਕੀਤੇ ਹੁੰਦੇ ਨੇ ਕਰਮਾਂ ਨੇ ਸਹਾਇੀ ਨਹੀਂ ਹੋਣਾ ਮਦਦਗਾਰ ਨਹੀਂ ਹੋਣਾ ਗੁਰੂ ਦੇ ਉਪਦੇਸ਼ ਨੇ ਮਦਦ ਕਰ ਕਰ ਮਦਦ ਕਰਨੀ ਹੈ ਰੱਬ ਦੀ ਭੈ ਪਾਵਨੀ ਨੇ ਵਿਸ਼ਵਾਸ ਦੇਣਾ ਹੈ ਤੇ ਗੁਰੂ ਦੇ ਉਪਦੇਸ਼ਾਂ ਨੇ ਰਹਿਨਮਾਈ ਕਰਨੀ ਹੈ ਹਰ ਕੋ ਨਾਮ ਹੋਟ ਪਾਪ ਪਰਹਰ ਵਾਹਿਗੁਰੂ ਜੀ ਦੇ ਨਾਮ ਨੇ ਅੰਦਰੂ ਕਰੋੜਾਂ ਤਰ੍ਹਾਂ ਦੀ ਪਾਪ ਪ੍ਰਵਿਰਤੀ ਨੂੰ ਖਤਮ ਕਰ ਦੇਣਾ ਆਖੋ ਵਾਹਿਗੁਰੂ ਬੁਰੀਆਂ ਆਤਾਂ ਦੇ ਵਿਚਾਰ ਖਿੱਚ ਸੋਚ ਅੰਦਰੋਂ ਖਤਮ ਕਰਨੀ ਹੈ ਗੁਰਮਖ ਨਾਮ ਜਪੋ ਮਨ ਮੇਰੇ ਐ ਮੇਰੇ ਮਨਾ ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਉਪਦੇਸ਼ ਰੂਪੀ ਨਾਮ ਉਹਨੂੰ ਜਪ ਜਪ ਤੋਂ ਭਾਵ ਉਹਨੂੰ ਮੰਨ ਜ਼ਿੰਦਗੀ 'ਚ ਜਿਉਂ ਆਖੋ ਵਾਹਿਗੁਰੂ ਜੇ ਗੁਰੂ ਕਹਿੰਦੇ ਨੇ ਨਿੰਦਾ ਨਹੀਂ ਚੰਗੀ ਹੁੰਦੀ ਤੇ ਜਪ ਇਸ ਨੂੰ ਇਸ ਪੰਕਤੀ ਨੂੰ ਇਸ ਉਪਦੇਸ਼ ਨੂੰ ਜਪ ਇੱਕ ਕਾਮਯਾਬ ਹੋ ਆਖੋ ਵਾਹਿਗੁਰੂ ਜੇ ਗੁਰੂ ਦੇ ਉਪਦੇਸ਼ ਕਹ ਰਹੇ ਨੇ ਨਫ਼ਰਤ ਨਹੀਂ ਚੰਗੀ ਹੁੰਦੀ ਜਪੇ ਸੁਪਦੇਸ਼ ਨੂੰ ਬਚ ਨਫ਼ਰਤ ਤੋਂ ਜੇ ਗੁਰੂ ਸਾਹਿਬ ਕਹਿੰਦੇ ਨੇ ਲੋਭ ਲਾਲਚ ਚੰਗਾ ਨਹੀਂ ਹੁੰਦਾ ਮਨਾਂ ਜਪੇ ਸੁਪਦੇਸ਼ ਨੂੰ ਬਚ ਲੋਭ ਲਾਲਚ ਤੋਂ ਆਪ ਪ੍ਰੈਕਟੀਕਲ ਜਿਹਾ ਗੁਰੂ ਦੇ ਉਪਦੇਸ਼ਾਂ ਨੂੰ ਨਾਨਕ ਪਾਵਹ ਸੁਖ ਕ ਹਨੇਰੇ اے ਨਾਨਕ ਜੀ ਫਿਰ ਆਤਮਿਕ ਸੁਖ ਮਿਲਦਾ ਏ ਹਨੇਰੇ ਉਹ ਆਤਮਿਕ ਸੁਖ ਜਿਹੜਾ ਗਿਣਤੀ ਮਿੰਤੀ ਵਿੱਚ ਨਹੀਂ ਆ ਸਕਦਾ ਇਸ ਤਰੀਕੇ ਨਾਲ ਮਨਾ ਤੂੰ ਸੁਖਾਂ ਨੂੰ ਪਾ ਲਏਂਗਾ ਕੋਈ। ਸਗਲੇ ਸੇਰੈਸਟ ਕੋ ਰਾਜਾ ਦੁਖੀ ਆ ਜਿਹੜੀ ਅਮੀਰੀ ਹੈ ਨਾ ਜਾਂ ਪਦਵੀ ਹੈ ਪਦਵੀਆਂ ਦੀ ਸਿਖਰ ਹੈ ਰਾਜਾ ਤੇ ਅਮੀਰੀ ਦੀ ਸਿਖਰ ਵੀ ਰਾਜਾ ਹੁੰਦਾ ਸੀ ਉਸ ਵੇਲੇ ਇਹ دنیਵੀ ਪ੍ਰਾਪਤੀਆਂ ਦੀ ਅਮੀਰੀ ਤੇ ਦੇ ਨਿਆਵੀ ਪਦਵੀਆਂ ਦੀ ਭੁੱਖ ਐਵੇਂ ਦੂਰੋਂ ਦੇਖਣ ਨੂੰ ਬੜੀ ਚੰਗੀ ਲੱਗਦੀ ਐ ਇਨ੍ਹਾਂ ਕੋਲੇ ਪ੍ਰਾਪਤ ਹੁੰਦੀ ਐ ਨਾ ਅੰਦਰ ਉਲਝਣ ਤਾਣੀਆਂ ਸਿਹੜੀਆਂ ਹੁੰਦੀਆਂ ਨੇ ਆਖੋ ਵਾਹਿਗੁਰੂ ਕਿਉਂਕਿ ਗੁਰੂ ਪਾਤਸ਼ਾਹ ਦੀ ਬਾਣੀ ਦੱਸਦੀ ਐ ਵੱਡੇ ਵੱਡੇ ਜੋਦੀ ਸਨ ਲੋਗ ਇੱਕ ਗਰੀਬ ਕਿਸੇ ਦੀ ਪ੍ਰਾਪਰਟੀ آمدਨ ਦੇਖ ਕੇ ਸੋਚਦਾ ਬੜਾ ਅਮੀਰ ਐ ਬੜੇ ਸੁਖੀ ਹੋਏਗਾ ਪਰ ਕੀ ਪਤਾ ਤੈਨੂੰ ਗਰੀਬ ਨੂੰ ਵਿਚਾਰੇ ਨੂੰ ਕੀ ਪਤਾ ਕਿ ਇਹਦੀ ਅਮੀਰੀ ਦੇ ਕਰਜ਼ੇ ਕਿੱਡੇ ਵੱਡੇ ਨੇ ਇਹਦੇ ਕਰਜ਼ਿਆਂ ਦੀ ਪੰਡ ਦੀਆਂ ਉਲਝਣ ਤਾਣੀਆਂ ਕਿੱਡੀਆਂ ਨੇ ਇਹਨੇ ਕਿਡੀਆਂ-ਕਿੱਡੀਆਂ ਚਿੰਤਾਵਾਂ ਸਹਿੜੀਆਂ ਹੋਈਆਂ ਨੇ ਉਹਨੂੰ ਕੀ ਪਤਾ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਦੁਖੀਆ ਪਰ ਹਰ ਕਾ ਨਾਮ ਜਪਤ ਹੋਏ ਸੁਖੀਆ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਵਾਲਾ ਰੱਬੀ ਉਪਦੇਸ਼ਾਂ ਨੂੰ ਪ੍ਰੈਕਟੀਕਲ ਜ਼ਿੰਦਗੀ 'ਚ ਜਿਉਣਾ ਇਹ ਉਹ ਦੀ ਪਾਪ ਨਹੀਂ ਸ਼ੁਕਰਾਨੇ ਵਿੱਚ ਜਿਉਣ ਵਾਲਾ ਆਤਮਿਕ ਸੁੱਖ ਨੂੰ ਮਾਨ ਦਾ ਖੋਇਆ ਗਰੂ ਅਮੀਰ ਕੋਲੇ ਬਦਵੀਆਂ ਵਾਲਿਆਂ ਕੋਲੇ ਉਲਝਣ ਤਾਣੀਆਂ ਚਿੰਤਾਵਾਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ ਉਹ ਆਤਮਿਕ ਸੁੱਖ ਤੋਂ ਖਾਲੀ ਹੁੰਦੇ ਨੇ ਸਖਣੇ ਹੁੰਦੇ ਨੇ ਆਖਵਾਇ ਲੱਖ ਕਰੋੜੀ ਬੰਧਨਾ ਪਰਏ ਆਹਣੋ ਸੇ ਗੱਲ ਨੂੰ ਹੋਰ ਨਿਖਾਰ ਰਹੇ ਨੇ ਉਹਨਾਂ ਦੇ ਅੰਦਰ ਤ੍ਰਿਸ਼ਨਾ ਹੈ ਲੋਭ ਲਾਲਚ ਹੈ ਲੱਖ ਕਰੋੜੀ ਲੱਖਾਂ ਕਰੋੜਾਂ ਵੀ ਉਹ ਕਮਾ ਲੈਣ ਲੱਖਾਂ ਕਰੋੜਾਂ ਪ੍ਰਾਪਤੀਆਂ ਪ੍ਰਾਪ ਕਰ ਲੈਣ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਦੀ ਅਮੀਰੀ ਪ੍ਰਾਪਤ ਕਰ ਲੈਣ ਇਹ ਤ੍ਰਿਸ਼ਨਾ ਲੋਭ ਲਾਲਚ ਨੂੰ ਬੰਦਰ ਨਹੀਂ ਪਵੇਗਾ ਇਹ ਰੁਕੇਗਾ ਨਹੀਂ ਇਹ ਉਤਨੀ ਹੋਰ ਵੱਧਦੀ ਜਾਏਗੀ ਆਖੋ ਵਾਹਿਗੁਰੂ ਅੱਗੇ ਜਾ ਕੇ ਸਗੁਣੀ ਸਾਹਿਬੇ ਚ ਸਤਗੁਰੂ ਜੀ ਦੱਸਣਗੇ ਸਹਿਸ ਖਟੇ ਲਖ ਕੋਠ ਧਾਵੇ ਤ੍ਰਿਪਤਨਾ ਆਵੇ ਮਾਇਆ ਪਾਛੈ ਪਾਵੇ ਇਹ ਤ੍ਰਿਸ਼ਨਾ ਲੋਭ ਲਾਲਚ ਨੂੰ ਬੰਦਨ ਪੈ ਨਹੀਂ ਸਕਦਾ ਰੋਕ ਲੱਗ ਨਹੀਂ ਸਕਦੀ ਇਹ ਤਾਂ ਜਿੰਨੀਆਂ ਪ੍ਰਾਪਤੀਆਂ ਹੋਣਗੀਆਂ ਉੰਨੀ ਹੋਰ ਵਧੇਗੀ ਆਖੋ ਵਾਹਿਗੁਰੂ ਹਰਕਾਰ ਨਾਮ ਜਪਤ ਨੇ ਸਤਾਰਾ ਹੈ ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਨਾਮ ਜਪਣਾ ਆ ਗਿਆ ਗੁਰੂ ਦੇ ਉਪਦੇਸ਼ ਨੂੰ ਸੋਚ ਸੁਭਾਵ ਤੇ ਲਾਗੂ ਕਰਕੇ ਪ੍ਰੈਕਟੀਕਲ ਜੀ ਹੋਣਾ ਅਤੇ ਉਹਦੀ ਪਹਿ ਪਾਵਨੀ ਸ਼ੁਕਰਾਨੇ ਦੇ ਰਸ ਵਿੱਚ ਜੀ ਹੋਣਾ ਉਹ ਬਚ ਜਾਂਦੇ ਨੇ ਲੋਭ ਲਾਲਚ ਤ੍ਰਿਸ਼ਨਾ ਦੀਆਂ ਤਰੰਗਾਂ ਤੋਂ ਜਿੰਦਗੀ ਨੂੰ ਮੈਨੇਜ ਕਰ ਲੈਂਦੇ ਨੇ ਸਬਰ ਸੰਤੋਖ ਵਿੱਚ ਜਿਉਂਦੇ ਨੇ ਅਖੋ ਵਾਹਿਗੁਰੂ ਆਨੇਕ ਮਾਇਆ ਰੰਗ ਤਿਖ ਨਾ ਬੁਝਾਵੇ ਕਿਉਂਕਿ ਤ੍ਰਿਸ਼ਨਾ ਲੋਭ ਲਾਲਚ ਦੇ ਵਿੱਚ ਜਿਤਨੀ ਵੀ ਉਹ ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਜਾਂਦੇ ਨੇ ਨਾ ਇਹ ਲੋਭ ਤ੍ਰਿਸ਼ਨਾ ਉਤਨੀ ਵੱਧਦੀ ਜਾਂਦੀ ਹੈ ਸਿੱਖ ਇਹ ਪਿਆਸ ਕਦੀ ਬੁਝੇਗੀ ਨਹੀਂ ਅਖੋ ਵਾਹਿਗੁਰੂ ਸਖਮਨੀ ਸਾਹਿਬ ਦੇ ਅੰਦਰ ਇੱਕ ਹੋਰ ਪੰਕਤੀ ਹੈ ਇਹ ਤ੍ਰਿਸ਼ਨਾ ਦੀ ਲੋਭ ਲਾਲਚ ਦੀ ਅੱਗ ਬਾਸਤੇ ਉੱਥੇ ਪੰਕਤੀ 'ਚ ਸਤਿਗੁਰੂ ਜੀ ਕਹਿਣਗੇ ਜਿਉਂ ਪਾਵਕ ਇੰਧਨ ਨਹੀਂ ਤਰਪੈ ਪਾਵਕ ਹੁੰਦਾ ਅੱਗ ਇੰਧਨ ਹੁੰਦਾ ਫਿਊਲ ਅੱਗ ਨੂੰ ਲੱਕੜੀਆਂ ਜਿਉ ਹਉਦੇ ਤੇ ਪੈਟਰੋਲ ਪਾ ਦਿਓ ਇਹ ਸੋਚ ਕੇ ਕਿ ਇਹਨੂੰ ਖੁਰਾਕ ਦੇਈ ਚਲੋ ਦੇਈ ਚਲੋ ਇੱਕ ਦਿਨ ਰਜੇਗੀ ਨਹੀਂ ਅੱਗ ਕਦੀ ਰਜੇਗੀ ਨਹੀਂ ਸਗੋਂ ਹੋਰ ਵੱਧਦੀ ਜਾਏਗੀ ਅਗਰ ਕੋਈ ਅੱਗ ਨੂੰ ਉਹਦੀ ਖੁਰਾਕ ਲੱਕੜਾਂ ਐ ਉਹਦੀ ਖੁਰਾਕ ਕੋਲੇ ਐ ਕੋਲੇ ਨੇ ਉਦੀ ਖਰਾਕ ਪੈਟਰੋਲ ਐ ਉਹਦੇ ਤੇ ਪਾਈ ਚਲੋ ਜਿੰਨਾ ਮਰਜੀ ਪਾਈ ਚਲੋ ਮਿੱਟੀ ਦਾ ਤੇਲ ਪਾਈ ਚਲੋ ਨੂੰ ਖਰਾਕ ਦੇਈ ਚਲੋ ਉਹ ਕਦੀ ਮੁਕੇਗੀ ਨਹੀਂ ਆਖੋ ਵਾਹਿਗੁਰੂ ਹਨ ਕਮਾਇਆ ਰੰਗ ਤੇਖਣਾ बुझाਵੇ ਇੱਕ ਕਦੀ ਬੁਝਦੇ ਨਹੀਂ ਹਰ ਕਾ ਨਾਮ ਜਪਤ ਆਗਾਵ ਹੈ ਕੀ ਨਿਸ਼ਾਨੀ ਹੈ ਕਿ ਰੱਬ ਦਾ ਨਾਮ ਜਪ ਰਿਹਾ ਹੈ ਕੀ ਨਿਸ਼ਾਨੀ ਹੈ ਕਿ ਦਾ ਸਭ ਜਪਣਾ ਸਫਲ ਹੋ ਗਿਆ ਹੈ ਕੀ ਨਿਸ਼ਾਨੀ ਹੈ ਕਿ ਗੁਰੂ ਦੇ ਉਪਦੇਸ਼ਾਂ ਨੂੰ ਗਿਆਨ ਰੂਪੀ ਨਾਮ ਨੂੰ ਸੋਚ ਸੁਭਾਵ ਤੇ ਲਾਗੂ ਕਰਕੇ ਪ੍ਰੈਕਟੀਕਲ ਜਿ ਹੋ ਰਿਹਾ ਹੈ ਇਹ ਇਹ ਨਿਸ਼ਾਨੀ ਹੈ ਕਿ ਰੱਬ ਦੀ ਪੈ ਪਾਵਨੀ ਸ਼ੁਕਰਾਨੇ ਵਿੱਚ ਜਿਉਂਦਾ ਹੈ ਉਹਦੀ ਨਿਸ਼ਾਨੀ ਹੈ ਜਪਤ ਅਗਾਵਾ ਉਹਦੇ ਅੰਦਰ ਸਭ ਸਬਰ ਸੰਤੋਖ ਪੈਦਾ ਹੋ ਜਾਂਦਾ ਹੈ। ਸ਼੍ਰਿਪਤ ਹੋ ਜਾਂਦਾ ਉਹਦਾ ਮਨ। ਉਹ ਸੰਤੋਖੀ ਹੁੰਦਾ ਹੈ। ਉਹ ਰੱਬ ਦੇ ਲਈ ਗੁਰੂ ਦੇ ਲਈ ਆਪਾ ਵਾਰ ਦਿੰਦਾ ਹੈ। ਉਹ ਨੂੰ ਜ਼ਿੰਦਗੀ ਦਾ ਬੈਲੈਂਸ ਬਣਾਉਣਾ ਆ ਗਿਆ। ਉਹ ਕੇਵਲ ਆਪਣੇ ਬੱਚਿਆਂ ਲਈ ਕੇਵਲ ਆਪਣੇ ਪਰਿਵਾਰ ਲਈ ਕੇਵਲ ਆਪਣੇ ਲਈ ਹੀ ਨਹੀਂ ਕਰਦਾ। ਕਿਉਂਕਿ ਤ੍ਰਿਸ਼ਨਾ ਲੋਭ ਲਾਲਚ ਤੋਂ ਉੱਪਰ ਉੱਟਿਆ ਹੁੰਦਾ ਹੈ। ਉਹ ਗੁਰੂ ਦੇ ਲਈ ਸਮਾਜ ਦੇ ਲਈ ਕੌਮ ਦੇ ਲਈ ਆਪਾਵਾਰ ਦਾ ਔਰ ਹਰ ਗੁਰਸਿੱਖ ਨੇ ਐਸਾ ਬਣਨਾ ਹੈ। ਪਰਪਕਾਰੀ ਬਣਨਾ ਹੈ। ਹਰ ਮਾਂ ਨੇ ਆਪਣੇ ਪੁੱਤਰ ਤੀਨ ਨੂੰ ਪਰਪਕਾਰੀ ਬਣਨ ਦੀ ਪ੍ਰੇਰਣਾ ਦੇਣੀ ਆਖੋ ਵਾਹਿਗੁਰੂ। ਜੇਹ ਮਾਰਗ ਇਹ ਜਾਤ ਇਕੱਲਾ ਜ਼ਿੰਦਗੀ ਦੇ ਵਿੱਚ ਕਦੀ ਕਦਈ ਐਸੇ ਹਾਲਾਤ ਆਉਂਦੇ ਨੇ। ਜਿਨ੍ਹਾਂ ਜਿਨ੍ਹਾਂ ਤੇ ਬੜਾ ਵੱਡਾ ਮਾਣ ਸੀ। ਸਾਥ ਛੱਡ ਜਾਂਦੇ ਨੇ ਬੰਦੇ ਨੂੰ ਲੱਗਦਾ ਮੈਂ ਕੱਲਾ ਰਹਿ ਗਿਆ ਪਰ ਕੈਸੀ ਕਮਾਲ ਦੀ ਬਾਤ ਹੈ ਐਸੇ ਹਾਲਾਤਾਂ ਵਿੱਚ ਤਹੇ ਹਰ ਨਾਮ ਸੰਗ ਹੋ ਤੋ ਸੋਹਿਲਾ ਰੱਬ ਦਾ ਨਾਮ ਐਸਾ ਨਾਲ ਸੁਖਦਾਈ ਸਾਥੀ ਬਣਦਾ ਏ ਸੋਹਿਲਾ ਸੰਗੀ ਸਾਥੀ ਸੰਗ ਹੋ ਸੋਹਿਲਾ ਸੰਗੀ ਸਾਥੀ ਵੀ ਬਣਦਾ ਏ ਤੇ ਸੋਹਿਲਾ ਮਦਦਗਾਰ ਵੀ ਬਣਦਾ ਏ ਉਹਨੂੰ ਲੱਗਦਾ ਕਿ ਮੈਂ ਇਕੱਲਾ ਨਹੀਂ ਆਖਵਾਇਉ ਵਾਹ ਜਿਹਦੇ ਨਾਲ ਗੁਰੂ ਸਾਹਿਬ ਖੜੇ ਨੇ ਜਿਹਦੇ ਨਾਲ ਵਾਹਿਗੁਰੂ ਜੀ ਖੜੇ ਨੇ ਉਹ ਕਦੀ ਇਕੱਲਾ ਨਹੀਂ ਹੋ ਸਕਦਾ ਐਸਾ ਨਾਮ ਮਨ ਸਦਾ ਧਿਆਈਐ ਐ ਮਨ ਐਸੇ ਨਾਮ ਨੂੰ ਸਦਾ ਧਿਆਨ ਰੱਖਿਆ ਕਰ ਇਸ ਨਾਮ ਵੱਲ ਸਦਾ ਬਦੇ ਉਪਦੇਸ਼ ਵੱਲ ਰੱਬ ਦੀ ਹੋਂਦ ਵੱਲ ਸੱਚੇ ਗਿਆਨ ਵੱਲ ਰੱਬ ਦੇ ਗੁਣਾ ਵੱਲ ਉਦੇ ਪੈ ਵਿੱਚ ਪੈਭਲ ਉਹਦੀ ਮਿੱਠੀ ਮਿੱਠੀ ਯਾਦ ਵਲ ਧਿਆਨ ਰੱਖਿਆ ਕਰ ਨਾਨਕ ਗੁਰਮਖ ਪਰਮਗਤ ਪਾਈਐ ਹੈ ਨਾਨਕ ਜੀ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਮੰਨ ਕੇ ਹੀ ਤੈਨੂੰ ਪਰਮਗਤ ਦੇ ਅਰਥ ਹੈ ਗੁਰਮਖ ਸੁਭਾਅ ਤੇ ਗੁਰਮਤ ਵਾਲੀ ਸੋਚ ਵਾਲੀ ਅਵਸਥਾ ਮਿਲ ਸਕਦੀ ਹੈ ਖੁਆਈ ਛੂਟਤ ਨਾਹੀ ਕੋਟ ਲੱਖ ਬਾਹੀ ਪਿਆਰਿਆ ਲੱਖਾਂ ਬਾਹਾਂ ਮਦਦਗਾਰ ਤੇਰੇ ਨਾਲ ਖੜੇ ਹੋਣ ਪਰ ਤੇਰਾ ਅੰਦਰੋਂ ਤ੍ਰਿਸ਼ਨਾ ਲੋਭ ਲਾਲਚ ਤੋਂ ਖਿਹੜਾ ਨਹੀਂ ਛੁੱਟ ਸਕਦਾ ਕੋ ਵਾਹਿਗੁਰੂ ਨਾਮ ਜਪ ਤਤੈ ਪਾਰ ਪਰਾਹੀ ਰੱਬ ਦੇ ਨਾਮ ਨੇ ਮਦਦਗਾਰ ਬਣਨਾ ਤੈਨੂੰ ਜ਼ਿੰਦਗੀ ਦੇ ਉਤਰਾਚੜਾ ਵਿੱਚੋਂ ਪਾਰ ਕਰਨ ਵਾਸਤੇ ਜਿੰਦਗੀ ਦੇ ਦੀਆਂ ਮੁਸ਼ਕਲਾਂ ਰੱਬ ਦੇ ਨਾਮ ਨੇ ਤੈਨੂੰ ਇਹਦੇ ਵਿੱਚੋਂ ਦੀ ਨਿਕਲਣਾ ਸੌਖਾ ਕਰ ਦੇਣਾ ਆਖੋ ਵਾਹਿਗੁਰੂ ਯਾਨੀ ਕਿ ਬਿਗਨਾਂ ਜਿਹੜਾ ਆਏ ਸੰਗਹਰਾ ਹੈ ਅਨੇਕਾਂ ਬਿਗਨਾ ਹੁੰਦੇ ਨੇ ਉਹਨਾਂ ਬਿਗਨਾਂ ਦਾ ਨਾਸ਼ ਕਰ ਦਿੰਦੇ ਨੇ ਵਾਹਿਗੁਰੂ ਜੀ ਦੇ ਨਾਮ ਵਾਹਿਗੁਰੂ ਜੀ ਦੇ ਉਪਦੇਸ਼ ਹਰ ਕਾ ਨਾਮ ਤਤਕਾਲ ਉਧਾਰ ਹੈ ਰੱਬੀ ਉਪਦੇਸ਼ ਨੇ ਦੇ ਰਬ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੇ ਇੱਕ ਛੇਨ ਵਿੱਚ ਬਚਾ ਕਰ ਦੇਣਾ ਖੁਆਇ ਗ੍ਰੰਥ ਅਨਿਕ ਜੋਂ ਜਨਮ ਮੈਂ ਮਰ ਜਾਮ ਨਹੀਂ ਤੇ ਜਿਹੜਾ ਮਨ ਹੈ ਨਾ ਇਹ ਪਸ਼ੂ ਪ੍ਰਵਿਰਤੀਆਂ ਵਿੱਚ ਜਾਂਦਾ ਹੈ ਸਰੀਰ ਮਨੁੱਖ ਦਾ ਰਹਿੰਦਾ ਹੈ ਮਨ ਜੁਨੀਆਂ ਵਿੱਚ ਜਾਂਦਾ ਜਿਹੜਾ ਜੁਨੀ ਵਿੱਚ ਜਾਂਦਾ ਹੈ ਨਾ ਇਹਦੇ ਅੰਦਰ ਪਸ਼ੂ ਪ੍ਰਵਿਰਤੀਆਂ ਬੁਰੀਆਂ ਆਤਾਂ ਜਨਮ ਲੈਂਦੀਆਂ ਇਕੀ ਕੱਖਰ ਨੂੰ ਸਮਝਣਾ ਪੰਜ ਅਕਰਨੇ ਇਹਦੇ ਚ ਅਨੇਕ ਜੋਨ ਜਨਮ ਮਰ ਜਾਮ ਅਨੇਕ ਅਣਗਿਣਤ ਜੋਨ ਜੁੰਨੀਆਂ ਜਿਹਦੇ ਚ ਮੰਨ ਜਾਂਦਾ ਹੈ ਕਦੀ ਮੱਛੀ ਵਾਲਾ ਸੁਭਾਅ ਕਦੀ ਪਸ਼ੂਆਂ ਵਾਲਾ ਸੁਭਾਅ ਕਦੀ ਕਾਮ ਵਾਲੀ ਪਰਵਰਤੀ ਕਦੀ ਕੁੱਤੇ ਵਾਲਾ ਲੋਭ ਇਦਾਂ ਦੀਆਂ ਪਰਵਰਤੀਆਂ ਵਿੱਚ ਜਾਂਦਾ ਅਨੇਕ ਜੋਨ ਜਦੋਂ ਵੀ ਅਨੇਕ ਜੋਨ ਵਿੱਚ ਜਾਂਦਾ ਤੀਜਾ ਸ਼ਬਦ ਜਨਮ ਹੈ ਇਦੇ ਅੰਦਰ ਬੁਰੀ ਆਦਤ ਕੋਈ ਵਿਕਾਰ ਜਨਮ ਲੈਂਦਾ ਹੈ ਮਰ ਇਹਦੇ ਅੰਦਰ ਗੁਣ ਮਰ ਜਾਂਦਾ ਹੈ ਆਤਮਿਕ ਮੌਤ ਮਰਦਾ ਹੈ ਜਾਮ ਫਿਰ ਜੰਮਦਾ ਹੈ ਫਿਰ ਦੁਬਾਰੇ ਫੇਰੇ ਦੇ ਅੰਦਰ ਗੁਣ ਆ ਜਾਂਦਾ ਹੈ ਜਦੋਂ ਪਤੀ ਪਤਨੀ ਰੁੱਸ ਜਾਂਦੇ ਨੇ ਅੰਦਰ ਅੱਗ ਲੱਗੀ ਹੁੰਦੀ ਹੈ ਵਿਰੋਧ ਦੀ ਅੱਗ ਨਫ਼ਰਤ ਦੀ ਅੱਗ ਉਹ ਆਪਸੀ ਖਿੱਚ ਮਰ ਗਈ ਕਿਉਂ ਕਿ ਉਹਦਾ ਜਨਮ ਹੋ ਗਿਆ ਕਰੋਧ ਦਾ ਥੋੜੇ ਚਿਰ ਬਾਅਦ ਨਰਮਲ ਹੋ ਜਾਂਦੇ ਨੇ ਬੋਲਣ ਲੱਗ ਜਾਂਦੇ ਨੇ ਫਿਰ ਪਿਆਰ ਨੇ ਜਨਮ ਲੈ ਲਿਆ ਖੋ ਵਾਹਿਗੁਰੂ ਜਦੋਂ ਅੰਦਰ ਕਰੋਧ ਨੇ ਜਨਮ ਲਿਆ ਸੀ ਸਰੀਰ ਤਾਂ ਮਨੁੱਖ ਦਾ ਸੀ ਪਰ ਜੁਨੀ ਮਨ ਜਿਹੜਾ ਹੈ ਨਾ ਉਹ ਮਨੁੱਖ ਦੀ ਜੁਨੀ ਚ ਨਹੀਂ ਸੀ ਤੈਨੂੰ ਤੇ ਠਕਾ ਕਰਦਾ ਸੀ ਖੋ ਵਾਹਿਗੁਰੂ ਤੈਨੂੰ ਤਾਂ ਜਲਮਟਾ ਰਿਹਾ ਸੀ ਕ੍ਰੋਧ ਵਿੱਚ ਆ ਕੇ ਬੰਦਾ ਆਪਣੇ ਹੀ ਪਰਿਵਾਰ ਦੇ ਮੈਂਬਰ ਤੇ ਜ਼ੁਲਮ ਟਾਉਂਦਾ ਹੈ। ਸਰੀਰ ਇਨਸਾਨ ਦਾ ਹੈ, ਮਨ ਪਸ਼ੂ ਪ੍ਰਵਿਰਤੀ ਵਿੱਚ ਹੈ। ਥੋੜੇ ਚਿਰ ਬਾਅਦ ਉਸੇ ਨਾਲ ਹੀ ਵਰਤਮ ਵਿਵਹਾਰ ਚੱਲ ਪੈਂਦਾ ਹੈ। ਫਿਰ ਜਮ ਹੋ ਜਾਂਦਾ ਹੈ। ਇਦਾਂ ਹੀ ਅੰਦਰ ਜੁਨੀਆਂ ਚ ਜਾਣਾ ਮਨ ਦਾ, ਬੁਰੀਆਂ ਪ੍ਰਵਿਰਤੀਆਂ ਦਾ ਜਨਮ ਲੈਣਾ, ਗੁਨਾ ਦਾ ਮਰਨਾ, ਫਿਰ ਦੁਬਾਰੇ ਗੁਣ ਜਨਮ ਲੈ ਲੈਣੇ ਇਦਾਂ ਹੀ ਚੱਲ ਰਿਹਾ ਹੈ। ਕਿ ਮਨ ਦੇ ਕੋਲ ਪੱਕਾ ਟਿਕਾਣਾ ਨਹੀਂ ਪਰ ਨਾਮ ਜਪਤ ਪਾਵੇ ਬਿਸ਼ਨਾਮ ਰੱਬ ਦਾ ਨਾਮ ਜਪਣਾ ਆ ਗਿਆ ਨਾ ਫਿਰ ਇਸ ਨੂੰ ਅਸਲੀ ਟਿਕਾਣਾ ਆਤਮਿਕ ਜੀਵਨ ਦੇਉਣ ਵਾਲਾ ਟਿਕਾਣਾ ਮਿਲ ਜਾਏਗਾ ਖੁਆਗਰ ਹੋ ਮੈਲ ਮਲਕਬ ਹੋਣਾ ਤੋ ਹੈ ਇਹਨੂੰ ਮੈਲ ਪਤਾ ਕਿਸ ਚੀਜ਼ ਦੀ ਲੱਗੀ ਹੋਈ ਹੈ ਆਪਣੇ ਸੁਭਾਅ ਨੂੰ ਆਪਣੀ ਸੋਚ ਨੂੰ ਪਰਫੈਕਟ ਮੰਨੀ ਬੈਠਾ ਹੈ ਇਹ ਹੋਮੈ ਦੀ ਮੈਲ ਹੈ ਇਹਨੂੰ ਕਦੀ ਧੋਣ ਦਾ ਯਤਨ ਹੀ ਨਹੀਂ ਕਰਦਾ ਇਹਨੂੰ ਧੋਂਦਾ ਹੀ ਨਹੀਂ ਹਰ ਕਾ ਨਾਮ ਕੋਟ ਪਾਪ ਖੋਵੇ ਕਿਉਂਕਿ ਤੇ ਰੱਬ ਦੇ ਨਾਮ ਦੇ ਨਾਲ ਮੈਲ ਉਤਰਨੀ ਹੈ ਇਹ ਪਾਪ ਹੈ ਇਹ ਪਾਪ ਕਰੋਣਾ ਤਰ੍ਹਾਂ ਦੇ ਪਾਪ ਰੱਬ ਦੇ ਨਾਮ ਨਾਲ ਮੈਲ ਉਤਰੇਗੀ ਤੇ ਜੇ ਉੱਪਰ ਮੈਲ ਕਿਹਾ ਤਾਂ ਕਿਹੜਾ ਨਾਮ ਹੈ ਗਿਆਨ ਰੂਪੀ ਨਾਮ ਹੈ ਉਹਦੀ ਮੈਲ ਉਤਾਰਨ ਦਾ ਤਰੀਕਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਐਸਾ ਨਾਮ ਜਪਹੁ ਮਨ ਰੰਗ ਐ ਮਨਾ ਸੇ ਨਾਮ ਦੇ ਨਾਲ ਗੂੜਾ ਪਿਆਰ ਪਾ ਰੰਗ ਹੁੰਦਾ ਪਿਆਰ ਪਿਆਰ ਪਾ ਕੇ ਉਸ ਉਪਦੇਸ਼ ਨੂੰ ਜ਼ਿੰਦਗੀ ਚ ਪ੍ਰੈਕਟੀਕਲ ਜਿਹਾ ਇਹਨੂੰ ਕਹਿੰਦੇ ਨੇ ਜੀ ਆਪਣਾ ਨਾਨਕ ਪਾਈਐ ਸਾਧਕੈ ਸੰਗ ਹੈ ਨਾਨਕ ਜੀ ਇਹ ਮਿਲੇਗਾ ਕਿਵੇਂ ਗੁਰੂ ਦਾ ਸੰਗ ਕਰਕੇ ਗੁਰੂ ਦੇ ਉਪਦੇਸ਼ਾਂ ਨੂੰ ਸਮਝ ਕੇ ਜ਼ਿੰਦਗੀ ਤੇ ਲਾਗੂ ਕਰਕੇ ਜਹ ਮਾਰਗ ਕੇ ਗਨੇ ਜਾਹ ਨਾ ਕੋਸਾ ਜਿਹੜੀ ਜ਼ਿੰਦਗੀ ਹੈ ਨਾ ਇਹਦੇ ਮਾਰਗ ਜ਼ਿੰਦਗੀ ਦਾ ਮਾਰਗ ਬੜਾ ਲੰਬਾ ਹੈ ਮਨ ਨੇ ਬਚਪਨ ਵਿੱਚ ਆਪਣੀ ਆਪਣੀ ਜ਼ਿੰਦਗੀ ਨੂੰ ਯਾਦ ਕਰਕੇ ਦੇਖੋ ਕਿੰਨੀਆਂ ਗਲੀਆਂ ਵਿੱਚੋਂ ਦੀ ਜ਼ਿੰਦਗੀ ਨਿਕਲੀ ਹੈ ਹਰ ਗਲੀ ਜ਼ਿੰਦਗੀ ਦਾ ਮਾਰਗ ਸੀ ਬਚਪਨ ਦੀਆਂ ਟੀਨੇਜ ਦੀਆਂ ਜਵਾਨੀ ਦੀਆਂ ਸਾਰੀਆਂ ਘਟਨਾਵਾਂ ਯਾਦ ਕਰਕੇ ਦੇਖੋ ਬੜੇ ਲੰਬਾ ਮਾਰਗ ਹੈ ਇਹ ਜ਼ਿੰਦਗੀ ਦੇ ਵਿੱਚ ਸਰੀਰ ਦਾ ਮਾਰਗ ਤੇ ਭਾਵੇਂ ਛੋਟਾ ਹੋਵੇ ਕੋਈ ਬੰਦਾ ਕਾਰੋਬਾਰ ਕਰਦਾ ਹੈ ਘਰ ਵਿੱਚ ਰਹਿੰਦਾ ਹੈ ਘਰ ਤੋਂ ਕੰਮ ਤੇ ਚੱਲਿਆ ਜਾਂਦਾ ਹੈ ਕੰਮ ਤੋਂ ਵਾਪਸ ਆ ਗਿਆ ਫਿਰ ਕੰਮ ਤੇ ਗਿਆ ਫਿਰ ਵਾਪਸ ਆ ਗਿਆ ਜਿੰਦਗੀ ਦਾ ਮਾਰਗ ਤਾਂ ਛੋਟਾ ਹੈ ਮਨ ਦਾ ਮਾਰਗ ਤੇ ਕਮਾਲ ਹੈ ਗਿਣੇ ਨਹੀਂ ਜਾ ਸਕਦਾ ਕਿੰਨੇ ਜਾਹੇ ਨਾ ਕੋਸਾ ਮਨ ਕਿੰਨੇ ਕਰੋੜਾਂ ਕੋਹਾਂ ਦੀ ਯਾਤਰਾ ਕਰਦਾ ਹੈ ਹਰ ਕਾ ਨਾਮੁ ਹਾਂ ਸੰਗਤੋਸਾ ਤਾਂ ਇਹਦਾ ਇਸ ਲੰਬੇ ਮਾਰਗ ਤੇ ਖਜ਼ਾਨਾ ਕੀ ਹੈ ਵਾਇਕਰੀ ਜੀ ਦਾ ਨਾਮ ਤੇਰਾ ਵੀ ਉਪਦੇਸ਼ ਤੇਰਾ ਖਜ਼ਾਨਾ ਹੈ ਦੋਸਾ ਹੁੰਦਾ ਖਜ਼ਾਨਾ ਵਾਹਿਗੁਰੂ ਜੀ ਦੀ ਪੈ ਭਾਵਨੀ ਉਹਦੇ ਸ਼ੁਕਰਾਨੇ ਦਾ ਰਾਸ ਤੇਰਾ ਅਸਲੀ ਖਜ਼ਾਨਾ ਹੈ ਕਿਉਂਕਿ ਜਹ ਪੰਡ ਹੈ ਮਹਾ ਅੰਧ ਗੁਬਾਰਾ ਤੇਰੇ ਮਨ ਦੇ ਰਸਤੇ ਤੇ ਕੁਪ ਹਨੇਰਾ ਹੈ ਗਿਆਨਤਾ ਹੈ ਕੁਝ ਨਹੀਂ ਪਤਾ ਕੱਲ ਨੂੰ ਕਿਸ ਪਲ ਕੀ ਹੋ ਜਾਣਾ ਸੋਝੀ ਕੋਈ ਨਹੀਂ ਘਰ ਦੇ ਵਿੱਚ ਇੱਕ ਤਾਂ ਇਤਫਾਕ ਨਹੀਂ ਬਣਿਆ ਉਹਦੇ ਲਈ ਸੋਝੀ ਕੋਈ ਨਹੀਂ ਇੱਕ ਤਾਂ ਇਤਫਾਕ ਹੀ ਬਣਾਇਆ ਜਾਵੇ ਇਹ ਘਰ ਵਿੱਚ ਗੁਰਸਿੱਖੀ ਨਹੀਂ ਗੁਰਮਤਿ ਦੇ ਸੰਸਕਾਰ ਨਹੀਂ ਕੋਈ ਸੋਜੀ ਨਹੀਂ ਕੀ ਕੀਤਾ ਜਾਵੇ ਕਿਉਂਕਿ ਅੰਧ ਗੁਬਾਰ ਹਨੇਰਾ ਪੈਂਦਾ ਇਹ ਹਰ ਕਾ ਨਾਮ ਸੰਗੋ ਜੀ ਆਰਾ ਰੱਬੀ ਉਪਦੇਸ਼ ਨੇ ਗਿਆਨ ਰੂਪੀ ਨਾਮ ਨੇ ਸੋਜੀ ਦਾ ਚਾਨਣ ਕਰ ਦੇਣਾ ਆਖੋ ਵਾਹਿਗੁਰੂ ਜਹਾਂ ਪੰਥ ਤੇਰਾ ਕੋ ਨਾ ਸੰਜਾਨੂ ਇਹ ਜ਼ਿੰਦਗੀ ਦੇ ਰਸਤੇ ਤੇ ਪੰਥ ਦੇ ਅਰਥ ਹੈ ਜ਼ਿੰਦਗੀ ਦੇ ਰਸਤੇ ਤੇ ਜਿੱਥੇ ਤੇਰਾ ਕੋਈ ਨਾ ਸੰਜਾਨੂ ਹੁੰਦਾ ਮਹਿਰਮ ਤੇਰਾ ਮਦਦਗਾਰ ਸਾਥੀ ਕੋਈ ਨਹੀਂ ਅਰ ਕਾ ਨਾਮ ਤਹ ਨਾਲ ਪਛਾਨੂ ਤੇ ਰੱਬ ਦੇ ਨਾਲ ਨੇ ਰੱਬ ਦੇ ਨਾਮ ਨੇ ਗਿਆਨ ਰੂਪੀ ਨਾਮ ਉਪਦੇਸ਼ ਨੇ ਵਾਗਿਰੂ ਜੀ ਦੀ ਪੈ ਪਾਵਨੀ ਸ਼ੁਕਰਾਨੇ ਨੇ ਯਾਰਿਆ ਤੇਰਾ ਸੰਗੀ ਬਣਨਾ ਆਖੋ ਵਾਗਿਰੂ ਪਛਾਨੂ ਘੂੜੀ ਸਾਂਝ ਵਾਲਾ ਬਣਨਾ ਹੈ ਜਹਾ ਮਹਾ ਭਿਆਨ ਤਪਤ ਬਹੁ ਕਾਮ ਇਹ ਜ਼ਿੰਦਗੀ ਦੇ ਵਿੱਚ ਵਿਚਾਰਾਂ ਸੋਚਾਂ ਦਾ ਇੱਕ ਭਿਆਨਕ ਜੰਗਲ ਬਣਿਆ ਹੋਇਆ ਇਸ ਜੰਗਲ ਦੇ ਵਿੱਚ ਕਾਮ ਤ੍ਰਿਸ਼ਨਾ ਦੀ ਅਗ ਲੱਗੀ ਹੋਈ ਐ ਲੋਭ ਦੀ ਅੱਗ ਵੀ ਐ ਵਿਰੋਧੀ ਅੱਗ ਵੀ ਐ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਅੰਦਰ ਤਪਸ਼ ਐ ਬਹੁਤ ਤਪਤ ਬਹੁ ਕਾਮ ਤਪਦਾ ਪਿਆ ਕਾਮ ਗਰਮੈਸ਼ ਅੰਦਰ ਕ੍ਰੋਧ ਦੀ ਗਰਮੈਸ਼ ਐ ਦੇਖੋ ਅਤ ਗਰਮੀ ਹੋਵੇ ਹਾਈਸਟ ਟੈਂਪਰੇਚਰ ਹੋਵੇ ਹਰਬ ਕੰਟਰੀ ਵਾਲੇ ਪਾਸੇ 50% ਆ ਵਾਈ ਗਰੂਪ 50 ਡਿਗਰੀ ਸੈਂਟੀਗ੍ਰੇਡ ਤੋਂ ਵੀ ਉੱਪਰ ਚਲੇ ਜਾਂਦਾ ਹੈ ਪਾਣੀ ਉਬਲਣ ਵਾਲਾ ਲੱਗਾ ਹੋ ਜਾਂਦਾ ਜੇ ਉੱਤੇ ਰੱਖਿਆ ਜਾਵੇ ਇੰਡੀਆ ਵਰਗੇ ਦੇਸ਼ ਦੇ ਵਿੱਚ ਵੀ ਤਕਰੀਬਨ ਤਕਰੀਬਨ 40 ਡਿਗਰੀ ਤੱਕ ਪਹੁੰਚ ਜਾਂਦਾ ਹੈ ਇਸ ਤੋਂ ਵੀ ਉੱਪਰ ਚਲੇ ਜਾਂਦਾ ਹੈ ਇੱਕ ਰੋਧ ਤਾਂ ਐਸੀ ਆਗਿਆ ਜੀ ਦਾ ਟੈਂਪਰੇਚਰ ਨਾਪੇ ਨਹੀਂ ਜਾਂਦਾ ਲੋਭ ਲਾਲਚ ਇੰਨੀ ਤਪਸ਼ ਦੇ ਵਿੱਚ ਤੈਂ ਹਰ ਕੇ ਨਾਮ ਕੀਤ ਮੁ ਪਰ ਸ਼ਾਮ ਬਹੁਤ ਗਰਮੀ ਹੋਵੇ ਨਾ ਤੇ ਬ੍ਰਿਖਸ਼ ਦੀ ਛਾਂ ਬੜੀ ਠੰਡੀ ਲੱਗਦੀ ਹੈ ਵਾਹਿਗੁਰੂ ਜੀ ਦਾ ਨਾਮ ਰੱਬੀ ਉਪਦੇਸ਼ ਤੇ ਉਹਦੀ ਪੈ ਪਾਵਨੀ ਸ਼ੁਕਰਾਨਾ ਇਹ ਤੇਰੇ ਲਈ ਠੰਡੀ ਠੰਡੀ ਸ਼ਾਮ ਬਣਦੀ ਆਖ ਵਾਹਿਗੁਰੂ ਜਹਾਂ ਤ੍ਰਿਖਾ ਮਨ ਤੁਝ ਆਕਰਖੈ ਜਦੋਂ ਤੇਰਾ ਮਨ ਕ੍ਰਿਸ਼ਨਾ ਲੋਭ ਲਾਲਚ ਦੀ ਅੱਗ ਵੱਲ ਆਕਰਖੈ ਖਿੱਚਿਆ ਜਾਂਦਾ ਹੈ ਤ੍ਰਿਖਾ ਹੋ ਗਿਆ ਤ੍ਰਿਸ਼ਨਾ ਲੋਭ ਲਾਲਚ ਸੁਜਾ ਕਰਖੈ ਤੈਨੂੰ ਖਿੱਚ ਪਾ ਰਹੀ ਹੈ ਤ੍ਰਿਸ਼ਨਾ ਤਹ ਨਾਨਕ ਹਰ ਹਰ ਅੰਮ੍ਰਿਤ ਵਰਖ ਹੈ ਨਾਨਕ ਜੀ ਇਸ ਤਰ੍ਹਾਂ ਦੀ ਮਨ ਦੀ ਅਵਸਥਾ ਵਿੱਚ ਜੇ ਗਿਆਨ ਰੂਪੀ ਨਾਮ ਜੋ ਰੱਬੀ ਉਪਦੇਸ਼ ਹੈ ਗੁਰੂ ਦੇ ਉਪਦੇਸ਼ ਨੇ ਉਹ ਸੋਚ ਸੁਭਾਅ ਤੇ بارش ਬਣ ਜਾਵੇ ਆਖੋ ਵਾਹਿਗੁਰੂ ਕਿ ਵਾਹਿਗੁਰੂ ਜੀ ਦੀ ਪੈ ਪਾਵਨੀ ਸ਼ੁਕਰਾਨਾ ਤੇਰੀ ਫੀਲਿੰਗ ਲੈਵਲ ਤੇ ਤੇਰੇ ਰਿਅਲਾਈਜੇਸ਼ਨ ਲੈਵਲ ਤੇ तेरे हृदय ਦੇ ਤਲ ਤੇ بارش ਬਣ ਜਾਵੇ ਤਾਂ ਇਹ ਮਨ ਤ੍ਰishna ਲੋਭ ਲਾਲਚ ਵਿੱਚ ਕਿਚਿਆ ਨਹੀਂ ਜਾਂਦਾ ਇਹ ਸਬਰ ਸੰਤੋਖ ਦੇ ਵਿੱਚ ਪਰਪਕਾਰੀ ਬਣਦਾ ਆਖੋ ਆਈ ਜੋ ਭਗਤ ਜਨਾਂ ਕੀ ਵਰਤਨ ਨਾਮ ਜਿਨ੍ਹਾਂ ਦਾ ਜੀਵਨ ਰੱਬ ਦੀ ਭਗਤੀ ਦੇ ਮਾਰਗ ਤੇ ਤੁਰਦਾ ਨਾ ਉਹ ਭਗਤ ਜੀਵਨ ਹੈ ਉਹਨਾਂ ਦਾ ਵਰਤਮ ਵਿਵਹਾਰ ਰੱਬੀ ਉਪਦੇਸ਼ ਨਾਲ ਹੁੰਦਾ ਹੈ ਉਹ ਰੱਬੀ ਉਪਦੇਸ਼ ਨਾਲ ਵਰਤਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਹਰ ਪਲ ਹਰ ਫੈਸਲੇ ਵਿੱਚ ਰੱਬ ਦੇ ਉਪਦੇਸ਼ ਦਾ ਵਰਤਾਰਾ ਹੁੰਦਾ ਕੋ ਵਾਹਿਗੁਰੂ ਸੰਤ ਜਨਾ ਕੈ ਮਨ ਵਿਸ਼ਰਾਮ ਉਹ ਅੰਦਰੋਂ ਸੰਤ ਹੁੰਦੇ ਨੇ ਬਾਹਰੋਂ ਸਿਪਾਈ ਬਣ ਕੇ ਪਰਵਕਾਰੀ ਹੁੰਦੇ ਨੇ ਤੇ ਉਹਨਾਂ ਦੇ ਮਨ ਵਿੱਚ ਰੱਬ ਦੇ ਉਪਦੇਸ਼ ਵਸਦੇ ਨੇ ਭਾਵ ਮਨ ਰੱਬੀ ਉਪਦੇਸ਼ ਨੂੰ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਦਾ ਹੈ ਮਨ ਹਰ ਕਾ ਨਾਮ ਦਾਸ ਕੀ ਓਟ ਉਹ ਹਰੀ ਦੇ ਦਾਸ ਚਾਕਰ ਹੁੰਦੇ ਨੇ ਗੁਰੂ ਦੇ ਚਾਕਰ ਹੁੰਦੇ ਨੇ ਗੁਰੂ ਦੀ ਚੱਕਰੀ ਲਈ ਰੱਬ ਦੀ ਚੱਕਰੀ ਲਈ ਆਪਾਂ ਵਾਰਦੇ ਨੇ ਤੇ ਉਹਨਾਂ ਨੂੰ ਵਾਹਿਗੁਰੂ ਜੀ ਦੇ ਨਾਮ ਦਾ ਹੀ ਉਹ ਤਸਰਾ ਹੁੰਦਾ ਹੈ ਹਰ ਕੈ ਨਾਮ ਉਧਰੇ ਜਨ ਕੋਟ ਕਰੋੜਾਂ ਚੱਕਰ ਸੇਵਕ ਬਚ ਜਾਂਦੇ ਨੇ ਡੋਲਣ ਤੋਂ ਬਿਗਣਾ ਤੋਂ ਮੁਰੀਆਂ ਆਤਾਂ ਤੋਂ ਵਿਕਾਰਾਂ ਤੋਂ ਰੱਬ ਦੇ ਨਾਮ ਦੇ ਆਸਰੇ ਹਰ ਜਸ ਕਰ ਤੇ ਸੰਤ ਦਿਨ ਰਾਤ ਉਹ ਹਰ ਵੇਲੇ ਰੱਬ ਦੀ ਸਿਪਸਲਾਗਾ ਕਰਦੇ ਨੇ ਰੱਬੀ ਵਿਚਾਰਾਂ ਰੱਬ ਦੇ ਗੁਣਾ ਦੀਆਂ ਰੱਬ ਦੇ ਨਿਜ਼ਮਾਨੀਆਂ ਵਿਚਾਰਾਂ ਕਰਦੇ ਨੇ ਹਰ ਹਰ ਔਖ ਦੇ ਸਾਧ ਇੱਕ ਮਾਤ ਵਾਹਿਗੁਰੂ ਜੀ ਦੇ ਉਪਦੇਸਾਂ ਨੂੰ ਦਵਾਈ ਸਮਝਦੇ ਨੇ ਪਿੱਛੇ ਜੇਕਰ ਆਇਆ ਸੀ ਨਾ ਬਾਬਾ ਨਕਰੀ ਵਿੱਚ ਗੁਰੂ ਦੇ ਉਪਦੇਸ਼ ਉਹ ਦਵਾਈ ਹੈ ਜਿੱਥੇ ਵੀ ਤੇਰੇ ਸੁਭਾਅ ਵਿੱਚ ਜ਼ਖਮ ਹੋ ਗਿਆ ਜਿੱਥੇ ਵੀ ਤੇਰੀ ਸੋਚ ਵਿੱਚ ਜ਼ਖਮ ਹੋ ਗਿਆ ਭਾਵ ਸਵਾਭ ਵਿੱਚ ਸੋਚ ਵਿੱਚ ਕਮਜ਼ੋਰੀ ਆ ਗਈ ਹੈ ਉਥੇ ਗੁਰੂ ਦਾ ਉਪਦੇਸ਼ ਲਾਲਾ ਆਖੋ ਵਾਗਿਰੂ ਇਹ ਦਵਾਈ ਹੈ ਇਹਨੂੰ ਜ਼ਿੰਦਗੀ ਜਿਉਂਦੇ ਨੇ ਉਹਨਾਂ ਦੀ ਕਮਾਈ ਹੈ ਸਾਧ ਕਮਾਤ ਹਰ ਜਨ ਕਹੇ ਹਰ ਨਾਮ ਨਿਧਾਨ ਜੋ ਹਰੀ ਦੇ ਚਾਕਰ ਨੇ ਗੁਰੂ ਦੇ ਚਾਕਰ ਗੁਰੂ ਦੇ ਲਈ ਰੱਬ ਦੇ ਲਈ ਆਪਾ ਵਾਰਦੇ ਨੇ ਉਹਨਾਂ ਦੇ ਲਈ ਸਭ ਤੋਂ ਵੱਡਾ ਖਜ਼ਾਨਾ ਹੈ ਰੱਬ ਦਾ ਨਾਮ ਤੇ ਰੱਬੀ ਗਿਆਨ ਬਣ ਕੇ ਵੀ ਤੇ ਹਨ ਬਣ ਕੇ ਵੀ ਗੁਰੂ ਦੇ ਉਪਦੇਸ਼ ਬਣ ਕੇ ਵੀ ਤੇ ਵਾਹਿਗੁਰੂ ਜੀ ਦੀ ਪੈਪਾਵਣੀ ਦਾ ਰਾਸ ਬਣ ਕੇ ਉਹਨਾਂ ਦੇ ਕੋਲ ਖਜ਼ਾਨਾ ਫਾਰ ਬ੍ਰਹਮਜਨ ਕੀ ਨੋਦਾਨ ਉਹਨਾਂ ਨੂੰ ਵਾਹਿਗੁਰੂ ਜੀ ਨੇ ਦਾਨ ਵਜੋਂ ਦਿੱਤਾ ਖੁਸ਼ ਹੋ ਕੇ ਬਖਸ਼ਿਸ਼ ਦਿੱਤੀ ਹੈ ਜਿਸ ਕਰਕੇ ਮਨ ਤਨ ਰੰਗ ਰਤੇ ਰੰਗ ਏਕ ਹੈ ਉਹ ਮਨ ਕਰਕੇ ਤਨ ਕਰਕੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਗੁਰੂ ਦੇ ਪਿਆਰ ਵਿੱਚ ਰੰਗੇ ਹੁੰਦੇ ਨੇ ਭਿੱਜੇ ਹੁੰਦੇ ਨੇ ਮਨ ਕਰਕੇ ਭਿੱਜੇ ਹੁੰਦੇ ਨੇ ਇਹ ਅੰਦਰਲਾ ਜੀਵਨ ਹੈ ਤਨ ਕਰਕੇ ਭਿੱਜੇ ਹੁੰਦੇ ਨੇ ਉਹ ਬਾਹਰ ਆਪਣੇ ਗੁਰੂ ਲਈ ਵਾਹਿਗੁਰੂ ਜੀ ਲਈ ਆਪਾ ਵਾਰ ਦਿੰਦੇ ਨੇ ਮਨ ਕਰਕੇ ਰੱਬ ਦੇ ਪਿਆਰ ਵਿੱਚ ਭਿੱਜੇ ਹੋਏ ਗੁਰੂ ਦੇ ਉਪਦੇਸ਼ਾਂ ਵਿੱਚ ਭਿੱਜੇ ਹੋਏ ਨਿਸ਼ਾਨੀ ਕੀ ਹੈ ਉਹ ਵਿਜ਼ਨਰੀ ਹੁੰਦੇ ਨੇ ਉਹਨਾਂ ਦੇ ਵਿਜ਼ਨ ਨਿਸ਼ਾਨੇ ਗੁਰੂ ਦੇ ਮਾਰਗ ਵਾਲੇ ਰੱਬ ਦੇ ਮਾਰਗ ਵਾਲੇ ਹੁੰਦੇ ਨੇ ਤਨ ਕਰਕੇ ਭਿੱਜਣ ਦੇ ਅਰਥ ਹੈ ਪਾਪਾ ਵਾਰ ਦਿੰਦੇ ਨੇ ਉਸ ਭਿੱਜਨ ਤੇ ਉਹ ਪਰਉਪਕਾਰੀ ਹੁੰਦੇ ਨੇ ਹਰ ਗੁਰ ਸਿੱਖ ਨੂੰ ਬਿਜਨਰੀ ਤੇ ਪਰਪਕਾਰੀ ਬਣਨਾ ਚਾਹੀਦਾ ਆਖੋ ਵਾਹਿਗੁਰੂ ਨਾਨਕ ਜਨ ਕੈ ਬਿਰਤ ਬਿਵੇਕੈ ਉਹਨਾਂ ਦੀ ਬਿਰਤੀ ਵਿੱਚ ਕਿਉਂਕਿ ਉਹ ਚਾਕਰ ਨੇ ਗੁਰੂ ਲਈ ਰੱਬ ਲਈ ਅਪਾਵਾਰਦੇ ਨੇ ਉਹਨਾਂ ਦੀ ਬਿਰਤੀ ਵਿੱਚ ਬਿਵੇਕੈ ਰੱਬ ਦੀ ਦਿੱਤੀ ਸੋਝੀ ਹੁੰਦੀ ਹੈ ਉਹਨਾਂ ਨੂੰ ਚੰਗੇ ਮੰਦੇ ਦੀ ਪਰਖ ਦਾ ਪਤਾ ਹੁੰਦਾ ਉਹਨ ਕੀ ਕਰਨਾ ਆਖੋ ਵਾਹਿਗੁਰੂ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਰੱਬ ਦਾ ਨਾਮ ਉਹਨਾਂ ਨੂੰ ਬੁਰੀਆਂ ਆਤਾਂ ਤੋਂ ਮੁਕਤੀ ਦਿਵਾ ਦਿੰਦਾ ਹੈ ਤੇ ਜੀਵਨ ਜਿਉਣ ਦੀ ਯੋਗਤ ਹੁੰਦੀ ਹੈ ਉਹਨਾਂ ਕੋਲ ਹਰ ਕੈ ਨਾਮ ਜਨਕਾ ਤ੍ਰਿਪਤ ਭੁਖਤ ਰੱਬ ਦੇ ਨਾਮ ਨੇ ਉਹਨਾਂ ਨੂੰ ਅੰਦਰੋਂ ਤ੍ਰਿਪਤ ਸੰਤੋਸ਼ਟ ਕੀਤਾ ਹੁੰਦਾ ਹੈ ਉਹ ਸਬਰ ਸੰਤੋਖ ਵਿੱਚ ਜੀਉਂਦੇ ਨੇ ਕ੍ਰਿਸ਼ਨਾ ਵਿੱਚ ਲੋਭ ਲਾਲਚ ਵਿੱਚ ਨਹੀਂ ਭੁਗਤ ਕਿਉਂਕਿ ਰੱਬ ਦਾ ਨਾਮ ਉਹਨਾਂ ਦੇ ਲਈ ਖੁਰਾਕ ਹੈ ਗੁਰੂ ਦਾ ਉਪਦੇਸ਼ ਉਪਦੇਸ਼ ਵਿੱਚੋਂ ਮਿਲਿਆ ਗਿਆਨ ਹੀ ਉਹਨਾਂ ਲਈ ਸਪਿਰਿਚੁਅਲ ਫੂਡ ਹੁੰਦਾ ਹੈ ਆਤਮਿਕ ਜੀਵਨ ਵਾਸਤੇ ਖੁਰਾਕ ਹੁੰਦੀ ਹੈ ਹਰ ਕਾ ਨਾਮ ਜਾਣ ਕਾ ਰੂਪ ਰੰਗ ਬਸ ਜਿਹੜੇ ਗੁਰੂ ਦੇ ਚਾਕਰ ਨੇ ਰੱਬ ਦੇ ਚਾਕਰ ਨੇ ਜਨ ਉਹਨਾਂ ਦੀ ਜ਼ਿੰਦਗੀ ਰੱਬ ਦੇ ਨਾਮ ਕਰਕੇ ਹੀ ਸੋਹਣੀ ਹੁੰਦੀ ਹੈ ਇਹੀ ਉਹਨਾਂ ਲਈ ਰੂਪ ਰੰਗ ਹੈ ਗੁਰੂ ਦੇ ਉਪਦੇਸ਼ਾਂ ਕਰਕੇ ਹੀ ਉਹਨਾਂ ਦਾ ਜੀਵਨ ਚੰਗਾ ਲੱਗਦਾ ਹੈ ਇਹੀ ਉਹਨਾਂ ਦੇ ਜੀਵਨ ਦਾ ਸੁਆਪਣਾ ਹੁੰਦਾ ਹੈ ਹਰ ਨਾਮ ਜਪਤ ਕਭ ਪਰੈ ਨਾ ਭੰਗ ਰੱਬ ਦੇ ਨਾਮ ਨੂੰ ਜਪਣਾ ਸਿੱਖ ਜਾਂਦੇ ਗੁਰੂ ਤੋਂ ਗੁਰੂ ਦੇ ਉਪਦੇਸ਼ਾਂ ਨੂੰ ਪ੍ਰੈਕਟੀਕਲ ਜਿਉਂਦੇ ਨੇ। ਉਹਨਾਂ ਦਾ ਜੀਵਨ ਇਸੇ ਮਾਰਗ ਤੇ ਤੁਰਦਾ ਕਦੀ ਪੰਗ ਨਹੀਂ ਹੁੰਦਾ, ਟੁੱਟਦਾ ਨਹੀਂ, ਡੋਲਦਾ ਨਹੀਂ, ਡਿਗਦਾ ਨਹੀਂ ਇਸ ਮਾਰਗ ਤੋਂ। ਹਰ ਕਾ ਨਾਮ ਜਨ ਕੀ ਬੜਿਆਈ ਜੇ ਰੱਬ ਦੇ ਜਾਣ ਨੇ, ਚਾਕਰ ਨੇ ਆਪਾ ਵਾਰਦੇ ਨੇ। ਜੇ ਵਾਗਿਰੂ ਜੀ ਦਾ ਨਾਮ ਉਪਦੇਸ਼, ਪੈ ਪਾਵਨੀ ਇਹੋ ਉਹਨਾਂ ਲਈ ਬੜਿਆਈ ਬਣਦਾ, ਪਾਪ ਬਖਸ਼ਿਸ਼ ਬਣਦਾ। ਉਹਨਾਂ ਨੂੰ ਬਖਸ਼ਿਸ਼ ਮਿਲਦੀ। ਹਰ ਕਾ ਨਾਮ ਜਨ ਸ਼ੋਭਾ ਪਾਈ ਇਥੇ ਸ਼ੋਭਾ ਬੜਾਈ ਦੁਨਿਆਵੀ ਨਹੀਂ ਰੱਬ ਦੀਆਂ ਨਜ਼ਰਾਂ ਵਿੱਚ ਰੱਬ ਦੀਆਂ ਨਜ਼ਰਾਂ ਸ਼ੋਭਾ ਮਿਲਦੇ ਅਰਥ ਹੈ ਉਹਨਾਂ ਦਾ ਜੀਵਨ ਆਈਕਨ ਹੁੰਦਾ ਹੈ ਆਦਰਸ਼ ਹੁੰਦਾ ਹੈ ਦੂਜਿਆਂ ਲਈ ਪ੍ਰੇਰਨਾਦਾਇਕ ਹੁੰਦਾ ਹੈ ਰੱਬ ਦੇ ਨਾਮ ਕਰਕੇ ਗੁਰੂ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਜਿਉਂਦੇ ਨੇ ਇਸ ਕਰਕੇ ਹਰ ਕਾ ਨਾਮ ਜਨ ਕੋ ਭੋਗ ਜੋਗ ਭੋਗ ਹੁੰਦਾ ਬਾਹਰਲੀ ਜ਼ਿੰਦਗੀ ਜੋਗ ਹੁੰਦਾ ਅੰਦਰਲੀ ਜ਼ਿੰਦਗੀ ਤੇ ਰੱਬ ਦੇ ਨਾਮ ਦੇ ਨਾਲ ਅੰਦਰਲੀ ਜ਼ਿੰਦਗੀ ਵੀ ਸਫਲ ਹੁੰਦੀ ਹੈ ਬਾਹਰਲਾ ਜੀਵਨ ਵੀ ਸਫਲ ਹੁੰਦਾ ਹੈ ਹਰ ਨਾਮ ਜਪਤ ਕਛ ਨਾ ਹੈ ਵਿਯੋਗ ਵਾਹਿਗੁਰੂ ਜੀ ਦਾ ਨਾਮ ਜਪਣ ਕਰਕੇ ਉਹਨਾਂ ਦੇ ਅੰਦਰ ਗੁਰੂ ਤੋਂ ਵਾਹਿਗੁਰੂ ਜੀ ਤੋਂ ਕਦੀ ਬਿਛੋੜਾ ਨਹੀਂ ਪੈਂਦਾ ਉਹ ਰੱਬ ਦੇ ਮਾਰਗ ਤੋਂ ਕਦੀ ਵਿਛੜਦੇ ਨਹੀਂ ਗੁਰੂ ਦੇ ਮਾਰਗ ਤੋਂ ਵਿਛੜਦੇ ਨਹੀਂ ਜਨਰਾਤਾ ਹਰ ਨਾਮ ਕੀ ਸੇਵਾ ਜੋਕਸ ਚੱਕਰ ਬਣਦੇ ਨੇ ਰੱਬ ਦੀ ਸੇਵਾ ਲਈ ਗੁਰੂ ਦੇਪਦੇਸਾਂ ਦੀ ਸੇਵਾ ਲਈ ਗੁਰੂ ਦੀ ਸੇਵਾ ਕੌਮ ਦੀ ਸੇਵਾ ਹੈ ਰੱਬ ਦੀ ਸੇਵਾ ਮਨੁੱਖਤਾ ਦੀ ਸੇਵਾ ਹੈ ਸਮਾਜ ਦੀ ਸੇਵਾ ਹੈ ਇਹ ਹਰੀ ਦੇ ਨਾਮ ਰਾਹੀਂ ਪ੍ਰਾਪਤੀ ਹੁੰਦੀ ਹੈ ਨਾਨਕ ਪੂਜੈ ਹਰ ਹਰ ਦੇਵਾ ਵਾਹਿਗੁਰੂ ਜੀ ਨੂੰ ਦੇਵਾ ਪ੍ਰਕਾਸ਼ ਰੂਪ ਵਿੱਚ ਪੂਜਦੇ ਨੇ ਪ੍ਰਕਾਸ਼ ਦੇ ਅਰਥ ਹੈ ਗਿਆਨ ਰੂਪ ਵਿੱਚ ਪੂਜਦੇ ਨੇ ਉਹਨਾਂ ਨੂੰ ਪਤਾ ਹੈ ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਹਰ ਥਾਂ ਤੇ ਨੇ ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨੇ ਉਹ ਸੱਚੇ ਗਿਆਨ ਨੂੰ ਪੂਜਦੇ ਨੇ ਭਾਵ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਜਿਉਂਦੇ ਨੇ ਛੇਵਾਂ ਪਦਾ ਸੱਤਵੇਂ ਪਦੇ ਤੋਂ ਵਿਚਾਰ ਕੱਲ ਨੂੰ ਅਗਲੇ ਐਪੀਸੋਡ ਵਿੱਚ ਸਿਕੰਦਾ ਯਤਨ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਲੈਗਰ ਦੀ ਕੀ ਫਤ ਹੈ ਮੰਨਤੀ ਰੈ ਸੋਨ ਸੋਨ